ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਵਿੱਚ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹੁਣ ਵੱਖ-ਵੱਖ ਮਹਿਕਮਿਆਂ ਦੇ ਵਿੱਚ ਚੇਅਰਮੈਨੀਆਂ ਦੇ ਕੇ ਸਨਮਾਨ ਦਿੱਤਾ ਜਾ ਰਿਹਾ ਹੈ। ਇਸੇ ਦੇ ਚਲਦੇ ਪਟਿਆਲਾ ਦੇ ਸੀਨੀਅਰ ਆਗੂ ਮੇਘ ਚੰਦਰ ਸ਼ੇਰਾ ਮਾਜਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇਖਦੇ ਹੋਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਦੇ ਕੇ ਨਵਾਜ਼ਿਆ ਗਿਆ। ਪਟਿਆਲਾ ਤੋਂ ਵਿਕਾਸ ਕੁਮਾਰ ਦੀ ਰਿਪੋਰਟ, ਲਾਈਵ ਭਾਰਤ। ਜਰਨੈਲ ਸਿੰਘ ਜੀ ਅਤੇ ਹੋਰ ਜਿੰਨੇ ਵੀ ਸਾਡੇ ਸਾਰੇ ਲੀਡਰ ਸਾਹਿਬਾਨ ਨੇ ਬਹੁਤ ਜੇ ਭਰੋਸਾ ਜਗ੍ਹਾ ਜਿਤਾਇਆ ਤਾਂ ਉਹਨਾਂ ਨੇ ਇਹ ਭਰੋਸਾ ਜੋ ਮੇਰੇ 'ਤੇ ਰੱਖਿਆ, ਪਰ ਮੈਂ ਵੀ ਸਾਰਿਆਂ ਦੇ ਸਾਹਮਣੇ ਕਹਿੰਦਾ ਕਿ ਇਸ ਭਰੋਸੇ ਨੂੰ ਕਾਇਮ ਰੱਖਣ ਵਿੱਚ ਅਤੇ ਪੂਰੀ ਇਮਾਨਦਾਰੀ ਨਾਲ ਅਤੇ ਮਿਹਨਤ ਨਾਲ ਕੰਮ ਕਰਨ 'ਚ ਮੈਂ ਵੀ ਕੋਈ ਕਸਰ ਨਹੀਂ ਛੱਡੂੰਗਾ। ਮੈਂ ਵੀ ਪੂਰੀ ਇਮਾਨਦਾਰੀ ਨਾਲ ਮਿਹਨਤ ਨਾਲ ਅਤੇ ਆਪਣੇ ਜੋ ਕੰਮ ਕਰੂੰਗਾ। ਬਹੁਤ ਲੋਕਾਂ ਦਾ ਪਿਆਰ ਇਸ ਤਰ੍ਹਾਂ, ਮੈਂ ਪਾਰਟੀ ਨਾਲ ਤਕਰੀਬਨ ਸਾਡੇ ਮੰਤਰੀ ਜੀ ਨੇ ਦੱਸਤਾ ਤੁਹਾਨੂੰ, ਅਸੀਂ ਪਹਿਲੇ ਦਿਨ ਤੋਂ ਹੀ 2012-13 ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ। ਇਹ ਸਾਰਾ ਮੇਰਾ ਪਿਆਰ ਹੈ, ਇਹ ਪਾਰਟੀ ਦੇ ਕਰਿੰਦੇ ਵੀ ਨੇ ਅਤੇ ਮੇਰੇ ਸਾਥੀ ਵੀ ਨੇ। ਹਾਂਜੀ, ਥੈਂਕ ਯੂ।